ਸਮਾਜ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਬਾਬਾ ਜੀਵਨ ਸਿੰਘ ਜੀ ਦਾ 360ਵਾਂ ਜਨਮ ਦਿਹਾੜਾ ਤਲਵਾੜਾ ਵਿਖੇ ਮਨਾਇਆ ਗਿਆ। ਇਸ ਜਨਮ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਵੀ ਪਹੁੰਚੇ। ਇਸ ਮੌਕੇ ਤੇ ਸੁਸ਼ੀਲ ਕੁਮਾਰ ਨੇ ਬੀਜੇਪੀ ਨੂੰ ਅਲਵਿਦਾ ਕਹਿ ਕੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਹੋਰ ਵੀ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹਾਜ਼ਰ ਸਨ। ਅੱਜ ਬਹੁਜਨ ਸਮਾਜ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਜਿਹੜੇ ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ ਜੀ ਆ, ਜਿਹਨਾਂ ਨੂੰ ਪਿੰਕੀ ਸਾਹਿਬ ਕਰਕੇ ਪਿਆਰ ਨਾਲ ਯਾਦ ਕਰਦੇ ਹਾਂ, ਉਹਨਾਂ ਨੇ ਅੱਜ ਭਾਜਪਾ ਦਾ ਪੱਲਾ ਛੱਡ ਕੇ ਉਹਨਾਂ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ ਆ। ਔਰ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਪਰਿਵਾਰ ਵਾ ਉਹ ਇੱਥੇ ਪੂਰੇ ਪੰਜਾਬ ਦੇ ਵਿੱਚ ਵੱਡਾ ਹੋਇਆ ਆ। ਇਸੇ ਉਹਨਾਂ ਦੀ ਜਿਹੜਾ ਅੱਜ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਇੱਥੇ ਅਸੀਂ ਪ੍ਰੋਗਰਾਮ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖਿਆ ਸੀ, ਇਸ ਪ੍ਰੋਗਰਾਮ ਦੇ ਵਿੱਚ ਮਾਨਯੋਗ ਸ਼੍ਰੀ ਪਿੰਕੀ ਸ਼ਰਮਾ ਜੀ ਸ਼ਾਮਲ। ਤਿੰਨ ਸੀਟਾਂ ਕੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀਆਂ ਅਨਾਊਂਸ ਹੋਈਆਂ, ਕੀ ਕਹਿਣਾ ਚਾਹੁੰਦੇ ਕੱਲ੍ਹ ਦੀਆਂ? ਹਾਂਜੀ, ਇੱਕ ਮਕੇਰੀਆਂ ਦੀ ਅਜੋਤ ਸਿੰਘ ਸਾਬੀ ਅਤੇ ਇੱਕ ਹੀ ਦੀ। ਮੈਨੂੰ 64 ਸੀਟਾਂ ਦਾ ਪਤਾ ਉਹਨਾਂ ਦੀਆਂ ਅਨਾਊਂਸ ਹੋਈਆਂ ਹੈ। ਔਰ ਬਹੁਜਨ ਸਮਾਜ ਪਾਰਟੀ ਆਪਣੀਆਂ 9 ਸੀਟਾਂ ਜਿਹੜੀਆਂ ਆ 20 ਦੇ ਵਿੱਚੋਂ ਅਨਾਊਂਸ ਕਰ ਚੁੱਕੀ ਆ। ਔਰ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਬੜੀ ਤੇਜ਼ੀ ਨਾਲ ਪੰਜਾਬ 'ਚ ਕੰਮ ਕਰ ਰਿਹਾ। ਜਿਹੜੀ ਸਾਹਿਬ ਜੇਕਰ ਗੱਲ ਕਰੀਏ ਤਾਂ ਕਈ ਸੀਟਾਂ ਦੀ ਅਦਲਾ ਬਦਲੀ ਹੋ ਰਹੀ ਹੈ, ਕੀ ਆਸ ਹੈ ਅੱਗੇ ਵੀ ਇਹੋ ਜਿਹਾ ਜਿਹੜਾ ਹੈਗਾ ਅਦਲਾ ਬਦਲੀ ਦਾ ਜਿਹੜੇ ਚਾਂਸ ਹੈਗੇ? ਦੇਖੋ, ਅਦਲਾ ਬਦਲੀ ਦਾ ਜਿਹੜਾ ਸਵਾਲ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ, ਉਹਨਾਂ ਦੇ ਪੱਧਰ ਦਾ ਮਾਮਲਾ ਆ। ਅਤੇ ਇਹ ਮੈਂ ਤਾਂ ਛੋਟਾ ਜਿਹਾ ਵਰਕਰ ਹੈ, ਜਿੱਦਾਂ ਦਾ ਹੁਕਮ ਲਾਏਗਾ ਲਾਉਣਗੇ ਮੈਂ ਮੰਨਾਂਗਾ। ਅੱਜ ਕੀ ਪਿੰਕੀ ਜੀ ਨੇ ਪਾਰਟੀ ਜੁਆਇਨ ਕੀਤੀ ਜਾਂ ਕੋਈ ਹੋਰ ਵੀ ਅਨਾਊਂਸਮੈਂਟ ਇਹਨਾਂ ਦੀ ਹੈ ਕੋਈ? ਅੱਜ ਦੇ ਦਿਨ ਇੱਕੋ ਹੀ ਪਾਰਟੀ ਆ ਜਿਹੜੀ ਇਹਨਾਂ ਦੀ ਸ਼ਮੂਲੀਅਤ ਹੋਣ ਦੀ ਆ, ਜਿਹੜੀਆਂ ਬਾਕੀ ਪਾਰਟੀਆਂ ਆ ਉਹ ਬਾਅਦ ਦੇ ਵਿੱਚ ਉਹਨਾਂ ਦਾ ਹੁੰਦਾ ਰਹੇਗਾ। ਠੀਕ ਹੈ, ਚਾਟਾ ਸਾਹਿਬ ਦੀ ਘਰ ਰੈਲੀ ਹੋਈ ਆ, ਲੋਕਾਂ ਨੇ ਰੈਲੀ ਸਾਹਿਬ? ਇੱਕ ਸਵਾਲ ਸੀਗਾ ਕਿ ਤੁਹਾਡੀ ਪਾਰਟੀ ਜੋ ਕੁਮਾਰੀ ਮਾਇਆਵਤੀ ਜੀ ਹੈ ਉਹ ਤਾਂ ਲੇਡੀਜ਼ ਹੈ, ਅਤੇ ਪੰਜਾਬ ਦੇ ਵਿੱਚ 20 ਸੀਟਾਂ ਆਈਆਂ ਅਕਾਲੀ ਦਲ ਨੂੰ, ਕਿੰਨੀਆਂ ਸੀਟਾਂ ਤੁਸੀਂ ਲੇਡੀਜ਼ ਨੂੰ ਦੇਣ ਜਾ ਰਹੇ ਹੋ? ਦੇਖੋ, ਸਾਡੀ ਤਾਂ ਸਾਰੀ ਪਾਰਟੀ ਹੀ ਜਿਹੜੀ ਹੈਗੀ ਆ ਲੇਡੀਜ਼ ਵਿੰਗ ਜਿਹੜਾ ਆਪਰੇਟ ਕਰ ਰਿਹਾ। ਭੈਣ ਕੁਮਾਰੀ ਮਾਇਆਵਤੀ ਜੀ ਸਾਹਿਬ ਕਾਸ਼ੀ ਰਾਮ ਜੀ ਦੇ ਇੱਕਮਾਤਰ ਉੱਤਰਾਧਿਕਾਰੀ ਆ, ਔਰ ਹਾਥੀ ਕੇ ਪਾਓ ਮੈਂ ਸਭ ਕਾ ਪਾਓ। ਜਿੱਥੇ ਵੀ ਕਿਤੇ ਸੀਟ ਦੇ ਉੱਤੇ ਲੇਡੀਜ਼ ਵਰਗ ਕੋਈ ਆਪਣੀ ਨੁਮਾਇੰਦਗੀ ਦਿਖਾਉਂਦੀ ਆ, ਕੋਈ ਉੱਭਰ ਕੇ ਆਉਂਦੀ ਤਿਆਰੀ ਦੇ ਨਾਲ, ਤਾਂ ਬਹੁਜਨ ਸਮਾਜ ਪਾਰਟੀ ਉਹਨਾਂ ਨੂੰ ਜ਼ਰੂਰ ਕੰਸਿਡਰ ਕਰੇਗੀ। ਅਜੇ ਤੱਕ ਹੈਗੀ ਕੋਈ ਦਿੱਤਾ ਹੈ ਮਤਲਬ ਕੈਂਡੀਡੇਟ? ਨਾਂ ਦੇ ਵਿੱਚ ਤਾਂ ਨਹੀਂ ਹੈਗਾ ਕੋਈ, ਆਉਣ ਵਾਲੇ 11 ਦੇ ਹੋ ਸਕਦਾ ਹੈ। ਭਾਰਤੀ ਜਨਤਾ ਪਾਰਟੀ ਛੱਡ ਕੇ ਤੁਸੀਂ ਅੱਜ ਵਿਵਸਥਾ ਜੁਆਇਨ ਕੀਤੀ ਹੈ, ਕਿਹੋ ਜਿਹਾ ਮਹਿਸੂਸ ਹੋ ਰਿਹਾ ਤੁਹਾਨੂੰ ਜੀ? ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ, ਬੜਾ ਅੱਛਾ ਵਾਤਾਵਰਨ ਹੈ, ਬੜਾ ਅੱਛਾ ਰਿਸਪੋਂਸ ਹੈ। ਪਰ ਲੋਕਾਂ ਦਾ ਸਰ ਕਹਿਣਾ ਹੈ ਕਿ ਕਾਂਗਰਸ ਫਿਰ ਬੀਜੇਪੀ ਫਿਰ ਅਕਾਲੀ ਦਲ, ਅਗਲੀ ਕਹਿੰਦੇ ਇਲੈਕਸ਼ਨਾਂ ਤੱਕ ਆਮ ਆਦਮੀ ਪਾਰਟੀ ਤੱਕ ਕੀ ਪਤਾ ਜੁਆਇਨ ਕਰ ਜਾਣ? ਐਸਾ ਨਹੀਂ ਸੰਭਵ ਹੈ, ਪਾਰਟੀ ਜੁਆਇਨ ਕੀਤੀ ਹੈ, ਪੰਜਾਬ ਦੇ ਹਾਲਾਤ ਹੈ ਜੋ ਬੀਜੇਪੀ ਨੇ ਪੰਜਾਬ ਦੇ ਹਾਲਾਤ ਕਰਤੇ ਤੁਸੀਂ ਸਾਰੇ ਜਾਣਦੇ। ਦੀਪ ਕੁਮਾਰ ਹੈਪੀ, ਜ਼ਿਲ੍ਹਾ ਸਕੱਤਰ ਬਸਪਾ ਹੁਸ਼ਿਆਰਪੁਰ। ਸਰ, ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ? ਅੱਜ ਬਸਪਾ ਨੇ ਪਹਿਲਾਂ ਹੀ ਜਿਹੜਾ ਆਪਣੇ ਬਾਬਾ ਜੀਵਨ ਸਿੰਘ ਜੀ ਦੇ ਜਿਹੜਾ 360ਵਾਂ ਜਨਮ ਦਿਹਾੜਾ ਆ, ਇਹ ਸਾਰੇ ਪੰਜਾਬ ਦੇ ਵਿੱਚ ਗੁਰੂਆਂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਦਰਸ਼ ਮੰਨਣ ਵਾਲੀ ਬਸਪਾ ਜਿੰਨੇ ਸਹਿਵਾਨ ਹੋਏ ਆ ਉਹਨਾਂ ਨੇ ਅੱਜ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਗਿਆ। ਜੇ ਅੱਜ ਪਹਿਲਾਂ ਬਡਲਾਡੇ ਪ੍ਰੋਗਰਾਮ ਹੋਇਆ ਸੀ 11 ਤਰੀਕ ਨੂੰ, ਅੱਜ ਤਲਵਾੜੇ ਆ ਕੀਤਾ ਪਿਆ। ਅੱਜ ਜਿੱਥੇ ਅਸੀਂ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਬਸਪਾ, ਅਤੇ ਬਸਪਾ ਹਮੇਸ਼ਾ ਹੀ ਪੰਜਾਬ ਪੰਜਾਬੀਅਤ ਲਈ ਖੜ੍ਹੀ ਰਹੀ, ਹਮੇਸ਼ਾ ਪਾਰਟੀ ਖੜ੍ਹੀ ਆ, ਕਿਸਾਨ ਮਜ਼ਦੂਰਾਂ ਦੀ ਪਾਰਟੀ ਆ। ਅਤੇ ਇਹਨਾਂ ਨੂੰ ਇਹਨਾਂ ਦੀ ਵਰਕਿੰਗ ਜਾਂ ਗਰੀਬ ਤਬਕੇ ਨਾਲ ਖੜ੍ਹਨ ਦੇ ਬਾਅਦ ਪਿੰਕੀ ਜੀ ਦੀ ਵੀ ਸ਼ਮੂਲੀਅਤ ਬਸਪਾ ਵਿੱਚ ਹੋਈ ਆ। ਇਹ ਬੜੀ ਫਖਰ ਦੀ ਗੱਲ ਹੈ ਕਿ ਬਸਪਾ ਨੂੰ ਹਰੇਕ ਵਰਗ ਦੇ ਲੋਕ ਪਸੰਦ ਕਰਦੇ ਆ ਰਹੇ ਹਨ। ਅਤੇ ਪਿੰਕੀ ਜੀ ਨੂੰ ਆਉਣ ਨਾਲ ਪਾਰਟੀ ਨੂੰ ਕਿੰਨੀ ਕੁ ਮਜ਼ਬੂਤੀ? ਦੇਖੋ, ਕਹਿੰਦੇ ਆ ਕਿਸੇ ਨੂੰ ਤਾਂ ਕੱਖ ਦਾ ਸਹਾਰਾ ਵੀ ਬਹੁਤ ਹੁੰਦਾ। ਇਹ ਸ਼ਖਸ ਉਹ ਆ ਜਿਸ ਬੰਦੇ ਨੇ
अपना ग्राउंड लैवल तो आसमान तक जिंदगी का सफ़र तय किया। ये सफ़र भवें उसका अपना आर्थिक तौर पर हो भावें राजनीतिक तौर पर हो, इन्होंने अपनी लाइफ के जिंदगी दे बहुत मेहनत की। पर अफसोस इस गल का कि किसी पार्टी ने इन्हां दी जिहड़ी आ बहुबली शख्सियत आ सारे ने मिलनसार उन्हूं नहीं पछाणिया, तो बसपा ने इन्हां दी जिहड़ी आ शख्सियत नूं पछाणिया। और रसूए दे विच जो बनदा मान सत्कार आ जो साढ़े मानयोग प्रधान सरदार जी जसवीर सिंह गड़ीआ साहब कह के गए आ वो मिल रहा मिलेगा, तो असी इकट्ठे हो के एक बारी फिर हमला असी मारना। और दसूआ की विधानसभा की सीट पहली बारी अकाली बसपा जित के ये अपने बसपा के प्रधान मानसूंग गढ़ी साहब की झोली में पावांगे। जय भीम, जय भारत, वाहेगुरु जी का खालसा, वाहेगुरु जी की फतेह, जय। और सबका वाइस प्रधान नगर कौंसल तलवाड़ा, ये अज का फंक्शन जिहड़ा सीगा जी, भाई जीवन सिंह जी जिन्हां नूं बेटा रंगरेटा गुरु का बेटा का खिताब गुरु गोबिंद सिंह जी ने दिता सी, उन्हां दा 360वां जन्म दिहाड़ा मनाया जा रहा सीगा बसपा अकाली दल वल्लों, क्योंकि उन्होंने भाई सारी दुनिया जानते हिंदी चादर गुरु तेग बहादुर जी ने जदों अपनी कुरबानी दिती अपना सीस दिता, उन्होंने सीस नूं उत्थों जालमां दे पंजे चों कढ के वह आनंदपुर साहब लियाए सी, उन्होंने गुरु महाराज के उन्होंने झोली च रख्या सी। पिंकी सरपंच जी ने जो प्लैनिंग की बहुत वधिया की है, उन्होंने उस पार्टी नूं छड्या जो पार्टी अज साडी किसानां दी इक दुश्मन बन चुकी हुई है, सारी पंजाब किसानां दी नहीं सारी पंजाबीयत दी सारी कौम दी सारी मजदूरां दी वो सारे दी दुश्मन बन चुकी हुई है। कारण है उन्होंने इहो जिहे 3 कानून लियांदे जो साढ़े सारे इकले किसानां लई मारू नहीं है, वह आम पब्लिक लई मारू है, क्योंकि उन्होंने वो सारे जिहड़े कानून आ वो उन्हां व्यापारियों नूं उन्हां नूं फायदा पहुँचाउण लई है जिहड़े लोग व्यापार कर रहे हैं, ये मजदूर तो आम पब्लिक बहुत पीसी जा रही है। मैं कहा जी बहुमत की तुम गल करते हो, बहुमत इन्ना जबरदस्त मिलूगा। कारण है एक पिंकी जी इस इलाके बहुत पुराने विचरे हुए हैं, दो एक बार सरपंच जिला परिषद जिला मैंबर भी बने हैं, उन्होंने जिला परिषद भी बहुत वड्डे मार्जिन जीती सी। कारण लोगों के हरमन प्यारे लोगों के मिलन आए, एक सब तो वड्डी गल आ उन्हां दा चेहरा चेहरा जो एकदम जिस बंदे नूं मिलदे आ बड़ा हसदा चेहरा जो सामने आता, जिस बंदे नूं कोई तकलीफ भी होंदी आ भुल जांदा, वो इस करके ये बहुत हरमन प्यारे आ। और इन्हां दी हरमन प्यारता तुसीं देखिया होना, जिहड़ा कट्ठ आ असीं इत्थे 1000 कुर्सी लाउण दा साडा विचार सी, लेकिन इत्थे 3000 तों वध कट्ठ हो गया जो कि सांभिया नहीं सी जा रहा। सारे ही साथी जिहड़े जॉइन करनगे नाल उहनां दे, सो सत्कारयोग सुशील पिंकी ठेकेदार जी जिहड़े अज भारतीय जनता पार्टी के कार्यकारिणी के मैंबर और साबका प्रभारी रोपड़।